ਕਰਵਾ ਚੌਥ ਦਾ ਵਰਤ ਮਾਤਾ ਵੀਰਾ ਜੀ ਨੇ ਰੱਖਿਆ ਸੀਗਾ ਉਸ ਤੋਂ ਪਹਿਲਾਂ ਮਾਤਾ ਪਾਰਵਤੀ ਜੀ ਨੇ ਰੱਖਿਆ ਸੀ ਸ਼ਿਵ ਭਗਵਾਨ ਨੂੰ ਪਾਉਣ ਦੇ ਲਈ ਇਸ ਦੇ ਵਰਤ ਵਿੱਚ ਹਰ ਇੱਕ ਸੁਹਾਗਣ ਆਪਣੇ 16 ਸ਼ਿੰਗਾਰ ਕਰਦੀ ਹੈ ਸਾਰ ਦਿਨ ਭੁੱਖੀ ਪਿਆਸੀ ਵੀ ਰਹਿੰਦੀ ਹੈ ਅਤੇ ਸ਼ਾਮ ਨੂੰ ਚੰਦਰਮਨ ਵਰਗ ਦੇ ਕੇ ਆਪਣਾ ਵਰਤ ਕੰਪਲੀਟ ਕਰਦੀ ਹੈ ਇਹ ਵਰਤ ਬੇਸਿਕਲੀ ਮਾਤਾ ਪਾਰਵਤੀ ਜੀ ਨੇ ਰੱਖਿਆ ਸੀ ਤਾਂ ਕਿ ਉਹਨਾਂ ਦੇ ਜਿਹੜੇ ਸ਼ਿਵਜੀ ਜੀ ਸੀ ਉਹਨਾਂ ਨੂੰ ਮਿਲ ਸਕਣ ਅਤੇ ਉਹਨਾਂ ਦੀ ਰੱਖਿਆ ਕਰ ਸਕਣ ਇਸ ਲਈ ਅੱਜ ਕੱਲ੍ਹ ਸਾਰੀ ਹਿੰਦੂ ਧਰਮ ਨਹੀਂ ਸਿੱਖ ਧਰਮ ਵੀ ਰੱਖਦੇ ਨੇ ਅੱਜ ਕੱਲ੍ਹ ਤਾਂ ਇਸ ਲਈ ਤਾਂ ਕਿ ਸਾਰਿਆਂ ਦੇ ਹਸਬੈਂਡ ਸਾਰਿਆਂ ਦੇ ਘਰ ਵਾਲੇ ਉਹਨਾਂ ਦੀ ਉਮਰ ਵੱਡੀ ਤੋਂ ਵੱਡੀ ਹੋਵੇ